अज ना एक एक बापू एक कुड़ी है बॉम्बे फिल्मा च काम करदी है उहने साडी माई बारे एक बहुत गलत जिहा व्यंग कीता असी गुरु के आले हैं असी बाबे के आले हैं गल सुन बीबी असी ओह तां है नहीं हुण वी जिद्दां दी तेरी भाषा असी ओदां दी भाषा वरतांगे असी उहनां दे धीआं पुत्त ही है नहीं जिहड़े ऐसी भाषा वरतांगे सानूं तां साडे गुरु ने इक्को गल सिखाई है वी जिहड़ी वी कुड़ी थोड़े तों कोई 10 साल वड्डी है जां छोटी है साडी ओह भैण ही है इस करके असी भी तैनू उसे भाषा ना ही बुलावांगे क्योंकि साडा कद तेरे तो बड़ा वड्डा है असी तैनू कुछ गंदी भाषा बोल के तेरे नाल बदसलूकी करके असी साडे गुरुआं ते धब्बा नहीं लावांगे तैनू तेरी सोच नू तरकार है बस तेरी सोच बहुत नीवी है भैण मेरी उम्र च तू मेरे तो वड्डी होएगी तैनू महाराज ने नाम भी बहुत दिता है हाँ पर जिहड़ी गल बाणी चो कदे फरोल के देखी अंग साडा बाबा कहिंदा तपो राज ते राजो नरक तप तो बाद सानू राज तां देता महाराज ने ਸਾਨੂੰ ਮਸ਼ਹੂਰੀਆਂ ਪੈਸਾ ਮਾਇਆ ਪਦਾਰਥ ਬਹੁਤ ਬਖਸ਼ਦੇ ਪਰ ਬਸ ਗੱਲ ਹੋਈ ਹੈ ਕਿ ਤੜਕੇ ਅਸੀਂ ਪੜ੍ਹਦੇ ਹਾਂ ਸਾਰੇ ਘੜੀਆ ਸੁਰਤ ਮਤ ਮਨ ਬੁੱਧ ਤੂੰ ਚਾਰਾਂ ਤੋਂ ਵਾਂਝੀ ਰਹੇਗੀ ਭੈਣ ਇਸ ਕਰਕੇ ਥੋੜਾ ਬਹੁਤ ਆਪਦੀ ਮਤ ਨੂੰ ਹਲੂਣਾ ਮਾਰ ਉਹ ਜਿਹੜੀ ਬੀਬੀ ਬਾਰੇ ਵਿਅੰਗ ਕਰਦੀ ਹੈ ਨਾ ਉਹ ਮਾਈ ਭਾਗੋ ਹੈ ਤੁਹਾਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਲੋਕਾਂ ਨੇ ਨਾ ਇਤਿਹਾਸ ਨਹੀਂ ਪੜ੍ਹਿਆ ਤੁਸੀਂ ਇਤਿਹਾਸ ਨਹੀਂ ਪੜ੍ਹਿਆ ਤੁਸੀਂ ਬਸ ਉਹੀ ਹੈ ਤੁਹਾਡਾ ਹੰਕਾਰ ਸਿਰ ਚੜ੍ਹ ਕੇ ਬੋਲਦਾ ਇਸ ਕਰਕੇ ਤੁਸੀਂ ਕੁਛ ਵੀ ਬੋਲ ਦਿੰਦੇ ਹੋ ਤਾਂ ਜੇ ਉਹਦੀ ਦਰਗਾਹ 'ਚ ਜਾ ਕੇ ਮਾੜਾ ਮੋਟਾ ਚਾਹੁਣੀ ਹੈ ਤਾਂ ਅੱਜ ਹੀ ਆਪਦੀਆਂ ਅੱਖਾਂ ਬੰਦ ਕਰਕੇ ਕਿਤੇ ਬੈਠੀ ਤੇ ਭੁੱਲ ਬਖਸ਼ਾਲੀ ਉਹ ਮਾਈ ਭਾਗੋ ਵਰਗੀਆਂ ਨੇ ਸਾਡੀਆਂ ਮਾਵਾਂ ਜਿਹੜੀਆਂ ਇਹਨਾਂ ਧਰਨਿਆਂ 'ਚ ਬੈਠੀਆਂ ਨਾ ਤਾਂ ਉਹ ਸਾਡੇ ਮਾਈ ਭਾਗੋ ਤੋਂ ਘੱਟ ਨਹੀਂ ਹੈਗੀਆਂ ਉਹ ਸੂਰਮੇ ਹੈ ਸਾਡੇ ਉਹਨਾਂ ਦੇ ਸਿਰਾਂ 'ਤੇ ਅਸੀਂ ਸਾਰੇ ਜਿਹੜੇ ਅਜਵਾੜ ਪੁੱਤ ਬੈਠੇ ਆ ਅਸੀਂ ਖੇਡਦੇ ਫਿਰਦੇ ਹਾਂ ਕਿ ਸਾਡੀਆਂ ਮਾਵਾਂ ਨਾਲ ਆ ਸਾਡੇ ਬਜ਼ੁਰਗ ਮਾਣ ਮੱਤੇ ਨਾਲ ਬੈਠੇ ਇਸ ਕਰਕੇ ਨਾ ਹੀ ਅਸੀਂ ਅੱਤਵਾਦੀ ਹਾਂ ਤੇ ਨਾ ਹੀ ਅੱਜ ਦਾ ਤੂੰ ਮੈਂ ਤਾਂ ਉਹ ਭਾਸ਼ਾ ਵੀ ਨਹੀਂ ਸਾਡੇ ਬਜ਼ੁਰਗਾਂ ਨਾਲ ਹਾਲਾਂਕਿ ਇਹਨਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਵੀ ਫੋਨਾਂ 'ਤੇ ਕੀ ਕੁਛ ਵਾਪਰੀ ਜਾਂਦਾ ਤਾਂ ਇਹਨਾਂ ਦਾ ਸੰਘਰਸ਼ 'ਚ ਧਿਆਨ ਹੈ ਹੁਣ ਸਾਡੇ ਨੌਜਵਾਨ ਮੁੰਡੇ ਜਦੋਂ ਤਈ ਉਹ ਗੱਲ ਪੜ੍ਹਦੇ ਆ ਤੇਰਾ ਟਵੀਟ ਦੇਖਦੇ ਆ ਤਾਂ ਜਾਣੀ ਬਸ ਤਰਕਾਰ ਹੀ ਹੈ ਹੋਰ ਨਹੀਂ ਮੈਂ ਤੈਨੂੰ ਕੁਛ ਕਹੂੰਗਾ ਮਾਲਕ ਤੈਨੂੰ ਸਮਤ ਬਖਸ਼ੇ ਤੇਰੀ ਬੁੱਧੀ ਜਿਹੜੀ ਕਿਸੇ ਹੋਰ ਪਾਸੇ ਗਈ ਵੀ ਹੈ ਮਹਾਰਾਜ ਉਹਨੂੰ ਵਾਪਸ ਮੋੜ ਕੇ ਲਿਆਵੇ ਜ਼ਰੂਰ ਆਪਦਾ ਪਛਤਾਪ ਕਰ ਲਈ।